ਅਸੀਂ 26 ਮਈ ਦੇ ਦਿਨ ਸਿੱਖ ਤਵਾਰੀ 'ਚ ਹੋਈਆਂ ਘਟਨਾਵਾਂ 'ਤੇ ਚਰਚਾ ਕਰਾਂਗੇ। ਸਭ ਤੋਂ ਪਹਿਲੀ ਘਟਨਾ ਸਾਡੇ ਕੋਲ 1984 ਦੀ ਹੈ। 26 ਮਈ 1984 ਦੇ ਦਿਨ ਇੰਦਰਾ ਗਾਂਧੀ ਅਤੇ ਨੁਮਾਇੰਦਿਆਂ ਦੀ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਇਹਨਾਂ ਦੇ ਆਗੂ ਸਾਥੀਆਂ ਦੀ ਆਪਸ 'ਚ ਆਖਰੀ ਮੁਲਾਕਾਤ ਹੋਈ। ਇਹ ਕਈ ਮੁਲਾਕਾਤਾਂ ਇਸ ਤਰ੍ਹਾਂ ਦੀਆਂ ਚੱਲਦੀਆਂ ਸਨ, ਹਾਲਾਂਕਿ ਅਕਾਲੀਆਂ ਨੇ ਬਾਈਕਾਟ ਕੀਤਾ ਸੀ ਵੀ ਸਰਕਾਰ ਜਿਹੜੀ ਹੈ ਸਿੱਖਾਂ ਦੇ ਬਾਰੇ ਸੁਹਿਰਦ ਨਹੀਂ ਹੈ, ਬੇਈਮਾਨੀ ਕਰਦੀ ਪਈ। ਇੰਦਰਾ ਗਾਂਧੀ ਜਿਹੜੀ ਡਿਸਓਨੈਸਟ ਸਵਰਨ ਸਿੰਘ ਦੀ ਵਿਛੋੜਗੀ ਜਿਹੜੀ ਮਿਨਿਸਟਰ ਦੀ ਐਕਸ ਮਿਨਿਸਟਰ ਦੀ ਵੀ ਸੀ ਜਿਹੜੀ ਸੀ ਉਹ ਵੀ ਖਤਮ ਹੋਈ ਸੀ। ਉਹਨੇ ਵੀ ਕਹਿ ਦਿੱਤਾ ਸੀ ਇੰਦਰਾ ਗਾਂਧੀ ਬੇਈਮਾਨ ਹੈ, ਬਾਕੀ ਹਰਕਿਸ਼ਨ ਸਿੰਘ ਸੁਰਜੀਤ ਸਾਰੇ ਕਹਿ ਚੁੱਕੇ ਸਨ ਇੰਦਰਾ ਗਾਂਧੀ ਜਿਹੜੀ ਹੈ ਕੋਈ ਹੱਲ ਨਹੀਂ ਕਰਨਾ ਚਾਹੁੰਦੀ। ਇਸ ਦੇ ਬਾਵਜੂਦ ਜਿਹੜਾ ਅਕਾਲੀਆਂ ਨੇ ਕਿਹਾ ਵੀ ਚਲੋ ਸਾਨੂੰ ਕੋਈ ਫਰਕ ਨਹੀਂ ਪੈਂਦਾ, ਗੱਲਬਾਤ ਕਰਨ ਨੂੰ ਕੋਈ ਨਹੀਂ, ਹਾਲਾਂਕਿ ਉਹਨਾਂ ਨੂੰ ਯਕੀਨ ਸੀ ਵੀ ਇੰਦਰਾ ਗਾਂਧੀ ਸਿੰਸੀਅਰ ਨਹੀਂ ਹੈ। ਤੋ ਇਸ ਵਾਸਤੇ 16 ਅਤੇ 17 ਨਵੰਬਰ 1982, 17 ਜਨਵਰੀ 1983, 24 ਜਨਵਰੀ 1984, 27 ਮਾਰਚ 1984, 28 ਮਾਰਚ 1984, 21 ਅਪ੍ਰੈਲ 1984 ਨੂੰ ਹੋਏ ਸਨ ਅਤੇ ਆਖਰੀ ਮੁਲਾਕਾਤ ਅੱਜ ਦੇ ਦਿਨ 26 ਮਈ 1984 ਦੇ ਦਿਨ ਹੋਈ ਸੀ। ਤੋ ਹਾਲਾਂਕਿ ਇੰਦਰਾ ਗਾਂਧੀ ਜਿਹੜੀ ਹੈ ਪੰਜਾਬ ਨੂੰ ਛਾਉਣੀ ਬਣਾ ਚੁੱਕੀ ਸੀ, ਸਾਰੇ ਪਾਸੇ ਫੌਜ ਜਿਹੜੀ ਹੈ ਉਹ ਤਿਆਰ ਬੈਠੀ ਸੀ ਪੰਜਾਬ 'ਤੇ ਹਮਲਾ ਕਰਨ ਵਾਸਤੇ, ਅੰਮ੍ਰਿਤਸਰ ਦੇ ਉੱਤੇ ਹਮਲਾ ਕਰਨ ਵਾਸਤੇ, ਪਰ ਇਸ ਦੇ ਬਾਵਜੂਦ ਜਿਹੜਾ ਉਹ ਡਰਾਮਾ ਕਰ ਰਹੀ ਸੀ ਕਿ ਮੈਂ ਤਾਂ ਅਕਾਲੀਆਂ ਨਾਲ ਗੱਲਬਾਤ ਕਰ ਰਹੀ ਹਾਂ। ਸੋ ਆਖਰੀ ਮੁਲਾਕਾਤ ਤੋਂ ਕੁਝ ਦਿਨਾਂ ਦੇ ਅੰਦਰ ਅੰਦਰ ਹੀ ਸੁਰਿੰਦਰ ਬਾਦਸ਼ਾਹ 'ਤੇ ਹਮਲਾ ਕਰਤਾ। ਇਹ ਨੀਗਾ ਵੀ ਉਸ ਦਾ ਵੀ 26 ਮਈ ਤੋਂ ਬਾਅਦ ਸਿਰਫ 8 ਦਿਨਾਂ ਦੇ ਅੰਦਰ ਅੰਦਰ ਹੀ ਉਹਨੇ ਤਿਆਰੀ ਵੀ ਕਰਨੀ ਹੋਵੇ, ਅਤੇ ਇਹ ਤਿਆਰੀ ਜਿਹੜੀ ਕਈ ਮਹੀਨਿਆਂ ਪਹਿਲਾਂ ਚੱਲ ਰਹੀ ਸੀ। ਸੋ ਆਖਰੀ ਮੁਲਾਕਾਤ ਜਿਹੜੀ ਹੈ ਉਹ ਅਕਾਲੀਆਂ ਦੀ ਅਤੇ ਇੰਦਰਾ ਗਾਂਧੀ ਅਤੇ ਉਹਨਾਂ ਦੇ ਨੁਮਾਇੰਦਿਆਂ ਦੀ 26 ਮਈ 1984 ਦੇ ਦਿਨ ਹੋਈ ਸੀ। 26 ਮਈ ਦਾ ਇੱਕ ਹੋਰ ਅਹਿਮ ਘਟਨਾ, ਕਿਉਂਕਿ ਅਸੀਂ ਜਾਣਦੇ 1985 ਵਿੱਚ ਜਿਹੜਾ ਜਦੋਂ ਅਕਾਲੀ ਆਗੂ ਰਿਹਾਅ ਕੀਤੇ ਗਏ ਨੇ, ਇਹਨਾਂ ਦੇ ਸਾਰਿਆਂ ਨੇ ਆਪਣੇ ਅਕਾਲੀ ਦਲ ਖਤਮ ਕਰਕੇ ਅਤੇ ਜੋਗਿੰਦਰ ਸਿੰਘ ਪਿੰਡਰਾਣੇ ਦਾ ਜਿਹੜਾ ਬਾਪ ਸੀਗਾ ਉਸਨੂੰ ਇੱਕ ਸਾਰੀਆਂ ਤਾਕਤਾਂ ਸੌਂਪ ਦਿੱਤੀਆਂ, ਉਸਨੇ ਆਪਣਾ ਅਕਾਲੀ ਦਲ ਬਣਾ ਲਿਆ ਜਿਹਨੂੰ ਸੰਯੁਕਤ ਅਕਾਲੀ ਦਲ ਕਿਹਾ ਗਿਆ। ਸਾਰਿਆਂ ਨੂੰ ਇਕੱਠਾ ਕਰਕੇ ਬਣਾਇਆ ਗਿਆ, ਸਾਰਿਆਂ ਦੇ ਨੁਮਾਇੰਦੇ ਸਨ, ਪਰ ਅਖੀਰ ਜਿਹੜਾ ਉਹਨਾਂ ਦੇਖਿਆ ਵੀ ਜੋਗਿੰਦਰ ਸਿੰਘ ਜਿਹੜਾ ਲਾਲਚੀ ਬਹੁਤ ਹੈ ਔਰ ਇਹਦੇ ਆਲੇ ਦੁਆਲੇ ਜਿਹੜੇ ਨੇ ਉਹ ਕਾਂਗਰਸੀਆਂ ਦਾ ਘੇਰਾ ਪੈ ਚੁੱਕਾ ਹੈ ਔਰ ਜਿਹੜੇ ਇੰਟੈਲੀਜੈਂਸ ਏਜੰਸੀਜ਼ ਵਾਲੇ ਵੀ ਉਹਦੇ ਆਲੇ ਦੁਆਲੇ ਘੇਰਾ ਪਾਈ ਬੈਠੇ ਨੂੰ। ਤੋ ਇਹਨਾਂ ਨੇ ਫੈਸਲਾ ਕੀਤਾ ਵੀ ਇਹਦੇ ਤੋਂ ਜਿਹੜਾ ਛੁਟਕਾਰਾ ਪੈ ਜਾਏ। ਇੰਟੈਲੀਜੈਂਸ ਏਜੰਸੀਆਂ ਦੋਨੇ ਪਾਸੇ ਚੱਲਦੀਆਂ ਸਨ, ਪਿੰਡਰਾਂਵਾਲੇ ਦੇ ਬਾਪ ਨਾਲ ਵੀ ਅਤੇ ਅਕਾਲੀਆਂ ਦੇ ਨਾਲ ਵੀ, ਬਾਦਲ ਟੋਲਾ ਦੇ ਬੰਦਿਆਂ ਦੇ ਵਿੱਚ ਵੀ ਉਹਨਾਂ ਦੇ ਘਰ ਕੀਤੇ ਹੋਏ ਸਨ, ਉਹਨਾਂ ਦੇ ਆਪਣੇ ਜਿਹੜੀਆਂ ਉਹਨਾਂ ਦੀ ਏਜੰਟ ਛੱਡੇ ਹੋਏ ਸਨ। ਸੋ ਦੋਨਾਂ ਦੇ ਆਪਸ 'ਚ ਗੱਲ ਚੱਲ ਰਹੇ ਸਨ। ਤੋ ਇਹ ਅਕਾਲੀ ਦਲ ਜਿਹੜਾ ਸੀਗਾ ਟੋਡਾ ਬਾਦਲ ਜਿਹੜਾ ਪ੍ਰਧਾਨ ਲੌਂਗੋਵਾਲ ਸੀਗਾ, ਹਰਚਰਨ ਸਿੰਘ ਲੌਂਗੋਵਾਲ, ਇਹਨਾਂ ਨੇ ਇੱਕ ਮੀਟਿੰਗ ਜਿਹੜੀ ਹੈ 26 ਮਈ 1985 ਦੇ ਦਿਨ ਕੀਤੀ ਔਰ ਇਹਨਾਂ ਨੇ ਫੈਸਲਾ ਕਰ ਲਿਆ ਵੀ ਅਕਾਲੀ ਦਲ ਨੂੰ ਕਾਇਮ ਰੱਖਿਆ ਜਾਏਗਾ ਅਤੇ ਬਾਬਾ ਜੋਗਿੰਦਰ ਸਿੰਘ ਦੇ ਨਾਲ ਉਹ ਸੰਬੰਧ ਤੋੜ ਲਏ ਜਾਣਗੇ। ਹੁਣ ਯਕੀਨਨ ਦੋ ਅਕਾਲੀ ਦਲ ਹੋ ਗਏ ਸਨ। ਇਹ ਚੇਤੇ ਰਹੇ ਵੀ ਜਿਹੜਾ ਜੋਗਿੰਦਰ ਸਿੰਘ ਹੈ ਉਸ ਵੇਲੇ ਤਾਂ ਬਹੁਤ ਸਾਰੇ ਬੰਦੇ ਉਹਦੇ ਨਾਲ ਸ਼ਾਮਿਲ ਸਨ। ਇਹਨਾਂ ਵਿੱਚੋਂ ਜਦੋਂ ਅਕਾਲੀ ਦਲ ਨੇ ਅਲੱਗ ਹੋਣਾ ਸ਼ੁਰੂ ਫੈਸਲਾ ਕੀਤਾ ਤਾਂ ਫਿਰ ਲੌਂਗੋਵਾਲ ਸਾਡੇ ਵਿੱਚੋਂ ਜਿਹੜੇ ਸਨ, ਜਿਹੜੇ ਜਿੱਦਾਂ ਪ੍ਰਧਾਨ ਲੌਂਗੋਵਾਲ ਸੀਗਾ ਉਹਦੇ 'ਚੋਂ ਆਤਮਾ ਸਿੰਘ, ਉਜਾਗਰ ਸਿੰਘ ਸੇਖਵਾ, ਪ੍ਰਕਾਸ਼ ਸਿੰਘ ਮਜੀਠਾ ਜਿਹੜੇ ਇਹ ਜੋਗਿੰਦਰ ਸਿੰਘ ਨਾਲ ਰਹੇ, ਬਾਕੀ ਦੇ ਸਾਰੇ ਅਕਾਲੀ ਜਿਹੜੇ ਸਨ ਉਹ ਉੱਧਰ ਚਲੇ ਗਏ। ਫਿਰ ਨਕਲੀ ਮੁਕਾਬਲੇ ਦੀ ਘਟਨਾ 1987 ਦੀ 26 ਮਈ ਦੀ ਹੈ। 26 ਅਤੇ 27 ਮਈ ਦੀ ਰਾਤ ਨੂੰ ਪੁਲਿਸ ਨੇ ਮਨਜੀਤ ਸਿੰਘ ਬਾਬਾ ਮੋਹ ਅਤੇ ਅਮਰੀਕ ਸਿੰਘ ਫਨੇਕਾ ਨੂੰ ਇੱਕ ਨਕਲੀ ਮੁਕਾਬਲੇ 'ਚ ਮਾਰ ਦਿੱਤਾ। ਫਿਰ 1988 ਦੀ ਸਾਡੇ ਕੋਲ 26 ਮਈ ਦੀ ਅਹਿਮ ਘਟਨਾ ਹੈ। 26 ਮਈ 1988 ਦੇ ਦਿਨ ਭਾਰਤ ਸਰਕਾਰ ਨੇ ਇੱਕ ਆਰਡੀਨੈਂਸ ਜਾਰੀ ਕਰ ਦਿੱਤਾ ਜਿਹਦੇ ਸੀ ਵੀ ਧਰਮ ਅਤੇ ਸਿਆਸਤ ਨੂੰ ਜਿਹੜਾ ਅਲੱਗ ਕਰਨ ਦਾ ਆਰਡੀਨੈਂਸ ਸੀ, ਯਾਨੀ ਕਿ ਇਸ ਆਰਡੀਨੈਂਸ ਨਾਲ ਕੋਈ ਧਾਰਮਿਕ ਅਦਾਰੇ ਦਰਅਸਲ ਉਹਨਾਂ ਨੇ ਗੁਰਦੁਆਰਿਆਂ ਵਾਸਤੇ ਕੀਤਾ ਸੀ ਉਹਦੇ 'ਤੇ ਲਾਗੂ ਹੋਣਾ ਸੀ, ਉੱਥੋਂ ਕੋਈ ਸਿਆਸੀ ਕਾਰਵਾਈ ਜਿਹੜੀ ਹੈ ਨਹੀਂ ਕੀਤੀ ਜਾ ਸਕੇਗੀ। ਅਤੇ ਜੇ ਕੋਈ ਗੁਰਦੁਆਰੇ 'ਚੋਂ ਸਿਆਸੀ ਕਾਰਵਾਈ ਹੁੰਦੀ ਆ, ਮੰਦਰ ਅਤੇ ਮਸਜਿਦ 'ਚੋਂ ਤਾਂ ਆਲਰੇਡੀ ਨਹੀਂ ਹੁੰਦੀ, ਯਾਨੀ ਧਾਰਮਿਕ ਅਦਾਰੇ ਤੋਂ ਕੋਈ ਸਿਆਸੀ ਕਾਰਵਾਈ ਹੁੰਦੀ ਹੈ ਤਾਂ ਉਸ 'ਤੇ ਕਮੇਟੀ ਅਤੇ ਅਹੁਦੇਦਾਰਾਂ ਨੂੰ 5-5 ਸਾਲ ਦੀ ਕੈਦ ਦੀ ਸਖ਼ਤ ਸਜ਼ਾ ਦਿੱਤੀ ਜਾਏਗੀ। ਸੋ ਇਹ ਜਿਹੜਾ ਆਰਡੀਨੈਂਸ ਇਹਨਾਂ ਨੇ ਜਾਰੀ ਕੀਤਾ ਸੀਗਾ, ਇਸ ਨੂੰ ਫਿਰ ਉਹਨਾਂ ਨੇ 11 ਅਗਸਤ 1988 ਦੇ ਦਿਨ ਲੋਕ ਸਭਾ ਅਤੇ 19 ਅਗਸਤ ਦੇ ਦਿਨ ਰਾਜ ਸਭਾ ਵਿੱਚ ਵੀ ਪਾਸ ਕਰਕੇ ਇੱਕ ਕਾਨੂੰਨ ਬਣਾ ਦਿੱਤਾ। ਨਕਲੀ ਮੁਕਾਬਲੇ ਦੀਆਂ ਘਟਨਾਵਾਂ ਨੇ ਸਾਡੇ ਕੋਲ 26 ਮਈ ਦੀਆਂ। 26 ਮਈ 1988 ਦੇ ਦਿਨ ਪੰਜਾਬ ਪੁਲਿਸ ਨੇ ਅਵਤਾਰ ਸਿੰਘ ਵਾਸੀ ਬਿਸਰਾਮਪੁਰ ਜਲੰਧਰ ਨੂੰ ਇੱਕ ਨਕਲੀ ਮੁਕਾਬਲੇ 'ਚ ਮਾਰ ਦਿੱਤਾ। ਫਿਰ 1999 ਦੀ ਵੀ ਘਟਨਾ ਹੈ। 26 ਮਈ 1999 ਦੇ ਦਿਨ ਪੁਲਿਸ ਨੇ ਸਰੂਪ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਨੰਗਲ ਖੂੰਗਾ ਅਤੇ ਸਰੂਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਫਤਿਹਪੁਰ ਵਿਦੇਸ਼ੇ ਨੇੜੇ ਮੀਆਂ ਪਿੰਡ ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ 'ਚ ਮਾਰ ਦਿੱਤਾ। 1999 ਦੀ ਘਟਨਾ ਹੈ। 26 ਮਈ 1999 ਦੇ ਦਿਨ ਪੁਲਿਸ ਨੇ ਦਿਲਬਾਜ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸੂਲਪੁਰ ਲੁਧਿਆਣਾ ਅਤੇ ਅਵਤਾਰ ਸਿੰਘ BA MPED ਪੁੱਤਰ ਕਰਮ ਸਿੰਘ ਹਵੇਲੀ ਕਲਾਂ ਪਟਿਆਲਾ ਨੂੰ ਨਕਲੀ ਮੁਕਾਬਲੇ 'ਚ ਮਾਰ ਦਿੱਤਾ। 1990 ਦੀ 26 ਮਈ ਦੇ ਵੀ ਨਕਲੀ ਮੁਕਾਬਲੇ ਦੀ ਘਟਨਾਵਾਂ। 26 ਮਈ 1990 ਦੇ ਦਿਨ ਪੁਲਿਸ ਨੇ ਸੁਖਦੇਵ ਸਿੰਘ ਡਿੱਟੇ, ਜਰਨੇਲ ਸਿੰਘ ਉਰਫ ਹੈਪੀ, ਕਸ਼ਮੀਰ ਸਿੰਘ ਵਾਸੀ ਝੰਡੇਰ ਅੰਮ੍ਰਿਤਸਰ, ਜਸਪਾਲ ਸਿੰਘ ਪਾਲੂ ਵਾਸੀ ਜੈਮਲ ਵਾਲਾ ਫਿਰੋਜ਼ਪੁਰ ਨੂੰ ਨਕਲੀ ਮੁਕਾਬਲੇ 'ਚ ਮਾਰ ਦਿੱਤਾ। 1991 ਦੀ ਵੀ ਘਟਨਾ ਕਿ 26 ਮਈ 1991 ਦੇ ਦਿਨ ਪੁਲਿਸ ਨੇ ਪ੍ਰਭੂ ਸਿੰਘ ਕੈਨੇਡੀਅਨ ਅਤੇ ਸਤਨਾਮ ਸਿੰਘ ਸੱਤਾ ਗ੍ਰੰਥੀ ਦੋਵੇਂ ਕੰਗ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦੇ ਵਾਸੀ ਸਨ, ਲਖਬੀਰ ਸਿੰਘ ਬੀਰਾ
ਵਾਸੀ ਬਾਠ ਬਹਾਦਰ ਸਿੰਘ ਉਰਫ ਰਵਿੰਦਰ ਸਿੰਘ ਵਾਸੀ ਸ਼ਾਹਪੁਰ ਗੁੱਜਰ ਮਾਜਰਾ ਕਰੋੜਾ ਸਿੰਘ ਵਾਸੀ ਬਟਵਾਲੀ ਗੁਰਭੇਜ ਸਿੰਘ ਸੋਢੀ ਵਾਸੀ ਲਾਲਪੁਰ ਚਰਨਜੀਤ ਸਿੰਘ ਚੰਨੀ ਕਾਬਲ ਸਿੰਘ ਸੰਤ ਵਾਸੀ ਸੰਘਾ ਸੁਖਦੇਵ ਸਿੰਘ ਦੇਬੂ ਵਾਸੀ ਰਾਜਪੁਰ ਅਰਾਈਆਂ ਬਚਿੱਤਰ ਸਿੰਘ ਸੱਤਾ ਉਰਫ ਨਿਹੰਗ ਸਿੰਘ ਵਾਸੀ ਗੱਜੀਵਾਲ ਕਾਬਲ ਸਿੰਘ ਸੋਢੀ ਵਾਸੀ ਪਿੰਡੀ ਔਲਖ ਬਲਜਿੰਦਰ ਸਿੰਘ ਧੁੜ ਵਾਸੀ ਜਗਦੇਵ ਕਲਾਂ ਅਤੇ ਕਾਬਲ ਸਿੰਘ ਧੱਡਲ ਨੂੰ ਨਕਲੀ ਮੁਕਾਬਲਿਆਂ 'ਚ ਮਾਰ ਦਿੱਤਾ। 1991 ਦੇ ਵੀ ਘਟਨਾਵਾਂ ਕਿ 26 ਮਈ 1991 ਦੇ ਦਿਨ ਪੁਲਿਸ ਨੇ ਹਰਮੇਸ਼ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਸ਼ਾਹਪੁਰ ਨੇੜੇ ਤੇਜਪੁਰ ਜ਼ਿਲ੍ਹਾ ਰੋਪੜ ਰੁਪੇਜ ਸਿੰਘ ਪੁੱਤਰ ਰੁਪੇਜ ਸਿੰਘ ਉਰਫ ਭੇਜਾ ਪੁੱਤਰ ਜੋਗਾ ਸਿੰਘ ਵਾਸੀ ਲਾਲਪੁਰਾ ਜ਼ਿਲ੍ਹਾ ਤਰਨ ਤਾਰਨ ਬਲਵਿੰਦਰ ਸਿੰਘ ਪੁੱਤਰ ਸੁਰਜਨ ਸਿੰਘ ਅਤੇ ਕਾਵਲ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਮਿਆਣੀ ਕਲਾਂ ਨੂੰ ਨਕਲੀ ਮੁਕਾਬਲਿਆਂ 'ਚ ਮਾਰ ਦਿੱਤਾ। 1992 ਵਿੱਚ ਵੀ ਘਟਨਾ ਹੈ ਕਿ 26 ਮਈ 1992 ਦੇ ਦਿਨ ਪੁਲਿਸ ਨੇ ਸੁਖਵਿੰਦਰ ਸਿੰਘ ਉਰਫ ਕਿੰਦਰ ਨੂੰ ਢਪਈ ਰੋਡ ਅੰਮ੍ਰਿਤਸਰ ਦੇ ਨੇੜੇ ਇੱਕ ਨਕਲੀ ਮੁਕਾਬਲੇ 'ਚ ਮਾਰ ਦਿੱਤਾ। ਇਸੇ ਦਿਨ ਪੁਲਿਸ ਨੇ ਦਸੂਹੇ ਦੇ ਨੇੜੇ ਇਕਬਾਲ ਸਿੰਘ ਬਾਘਾ ਅਤੇ ਜੋਗਿੰਦਰ ਸਿੰਘ ਜਿੰਦੂ ਨੂੰ ਵੀ ਨਕਲੀ ਮੁਕਾਬਲੇ 'ਚ ਮਾਰ ਦਿੱਤਾ। 1996 ਦੇ ਦਿਨ ਅਟਲ ਬਿਹਾਰੀ ਵਾਜਪੇਈ ਪ੍ਰਾਈਮ ਮਿਨਿਸਟਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸੀਗਾ ਉਸਨੇ ਦਰਬਾਰ ਸਾਹਿਬ 'ਤੇ ਹਮਲੇ ਜਿਹੜਾ ਸੀਗਾ ਇਸ ਨੂੰ ਫੌਜੀ ਐਕਸ਼ਨ ਕਹਿ ਕੇ ਇਸ ਨੂੰ ਮੰਦਭਾਗਾ ਕਿਹਾ। ਉਸਨੇ ਇਸ ਦੀ ਨਿੰਦਾ ਨਹੀਂ ਕੀਤੀ, ਹਾਲਾਂਕਿ ਚੇਤੇ ਰਹੇ ਕਿ 1984 ਜਦੋਂ ਇੰਦਰਾ ਗਾਂਧੀ ਨੇ ਅਟੈਕ ਕੀਤਾ ਤਾਂ ਅਟਲ ਬਿਹਾਰੀ ਵਾਜਪੇਈ ਨੇ ਪਾਰਲੀਮੈਂਟ ਵਿੱਚ ਇਸ ਦੀ ਤਾਰੀਫ ਕੀਤੀ ਸੀ, ਪਰ 26 ਮਈ 1996 ਦੇ ਦਿਨ ਜਿਹੜਾ ਅਟਲ ਬਿਹਾਰੀ ਵਾਜਪੇਈ ਨੇ ਇਸ ਨੂੰ ਮੰਦਭਾਗਾ ਕਿਹਾ। ਮੰਦਭਾਗਾ ਬਿਲਕੁਲ ਨਿੰਦਾ ਨਹੀਂ ਹੁੰਦੀ, ਇਹ ਖਿਆਲ ਰਹੇ। ਸੋ ਇਹ ਸਨ ਘਟਨਾਵਾਂ 26 ਮਈ ਦੀਆਂ ਜੋ ਤਾਰੀਖ ਨੇ ਰਿਕਾਰਡ ਕੀਤੀਆਂ। ਸ਼ੁਕਰੀਆ।